ਤੇ ਤੇਗ ਪਕੜ ਦੁਖੀਓ ਕੇ ਕਭੀ ਬਾਪ ਦੀਆ ਕਭੀ ਲਾਲ ਜੀਏ ਐਸੇ ਗੁਰੂ ਕਲਗੀ ਧਰ ਪਿਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਜਿਸ ਵੇਲੇ ਲਾਵਾਂਗੇ ਸਤਿਗੁਰੂ ਜੀ ਦੇ ਬੋਲ ਬਾਣੀ ਦੇ ਵਿੱਚ ਵੀ ਆਪਾਂ ਪੜ੍ਹਦੇ ਹਾਂ ਕਿ ਹਮਰੇ ਮਸਤਕ ਦਾਗ ਦਗਾਨਾ ਉਹ ਜੰਮੂ ਰਾਜੌਰੀ ਦੇ ਇਲਾਕੇ ਦੇ ਰਹਿਣ ਵਾਲੇ ਇੱਥੋਂ ਦੇ ਜੰਮਪਾਲ ਜਦੋਂ ਅਸੀਂ ਉਹਨਾਂ ਦੇ ਸਾਹਮਣੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਦੇ ਮਨ ਵਿੱਚ ਬੈਰਾਗ ਆਉਂਦਾ ਕਦੇ 10 ਲੱਖ ਮਰਖਈਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੀ ਕਲਮ ਨਾਲ ਲਿਖਦੇ ਨੇ ਜ਼ਫਰਨਾਮੇ ਚ ਮਰਖਈਆ ਉਹਨਾਂ ਮੁੰਡੇ ਨੂੰ ਜਿਹਨਾਂ ਦੀ ਜ਼ਮੀਰ ਮਰ ਚੁੱਕੇ ਹੁੰਦੇ ਆ। ਬੜੇ ਲੋਕ ਸਵਾਲ ਕਰਦੇ ਨੇ 10 ਲੱਖ ਕਿੱਦਾਂ ਬਣ ਗਿਆ। ਮੈਂ ਦੱਸਦਾ 10 ਲੱਖ ਕਿੱਦਾਂ ਬਣਿਆ। ਸੂਬੇਦਾਰ ਮੁਲਤਾਨ ਸੂਬੇਦਾਰ ਪੰਘੂੜੇ ਚ ਬੱਚਾ ਲੜਨਾ ਸੀ, ਧਿਆਨ ਦਿਓ ਜ਼ਰਾ, ਕਹਿੰਦੇ ਪਟਨਾ ਸਿੱਖੀ ਦਾ ਪੰਘੂੜਾ ਸੀ ਤੇ ਪੰਘੂੜੇ ਚ ਬੱਚਾ ਲੜਨਾ ਸਿੱਖ ਦਾ। ਅਨੰਦਪੁਰ ਸਾਹਿਬ ਸਿੱਖੀ ਦਾ ਸਕੂਲ ਸੀ ਜਿੱਥੇ ਖਾਸ ਖੇਤੇ ਮੈਂ ਖੇਤਾ ਜਗ੍ਹਾ ਨੂੰ ਕਹਿੰਦੇ ਆ, ਜਿਸ ਖਿੱਤੇ ਮੈਂ ਹਮ ਕਹਿਤੇ ਥੇ ਆਨਾ ਯੇ ਵਹੀ ਹੈ, ਜਿਸ ਜਾ ਪੇ ਬੱਚੋਂ ਕੋ ਕਟਾਨਾ ਯੇ ਵਹੀ ਹੈ, ਜਿਸ ਫਰਕ ਨਹੀਂ ਸਮਝਿਆ। ਸੋ ਮੈਂ ਬੇਨਤੀ ਕਰੂੰਗਾ, ਮੈਂ ਜੇ ਕੁਛ ਗਲਤ ਬੋਲ ਗਿਆ ਹੋਵਾਂ ਤਾਂ ਮਾਫ਼ੀ ਚਾਹੁੰਦਾ, ਕਿਉਂਕਿ ਮੇਰਾ ਵਿਸ਼ਾ ਨਹੀਂ ਆਇਆ, ਮੈਂ ਤਾਂ ਇੱਕ ਫਿਲਮੀ ਦਾ ਬੰਦਾ ਸੀ, ਪਰ ਇਹ ਮੇਰੇ ਜਜ਼ਬਾਤ ਸੀ ਜਿਹੜੇ ਮੈਂ ਤੁਹਾਡੇ ਰੂਬਰੂ। ਜ਼ਰੂਰੀ ਇਹ ਚੀਜ਼ ਹੈਗੀ ਹੈ ਜੇ ਅਸੀਂ ਕਿਉਂ ਮਨਾ। ਜੰਮੂ ਕਸ਼ਮੀਰ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਚੇਅਰਮੈਨ ਸਰਦਾਰ ਅਜੀਤ ਸਿੰਘ ਜੀ, ਅਵਤਾਰ ਸਿੰਘ ਖਾਲਸਾ ਜੀ, ਕੁਲਦੀਪ ਸਿੰਘ ਜੀ, ਜਗਦੀਪ ਸਿੰਘ ਜੀ, ਮੰਚ ਪਰ ਉਪਸਥਿਤ ਸਭੀ ਸਨਮਾਨਿਤ ਮਹਾਨੁਭਾਵ, ਜੰਮੂ ਕੇ ਡਿਵੀਜ਼ਨਲ ਕਮਿਸ਼ਨਰ ਸ਼੍ਰੀ ਰਮੇਸ਼ ਕੁਮਾਰ ਜੀ, IG ਪੁਲਿਸ ਜੰਮੂ ਸ਼੍ਰੀ ਆਨੰਦ ਜੈਨ ਜੀ, ਸੈਕਟਰੀ ਟਰਾਂਸਪੋਰਟ ਪ੍ਰਸੰਨਾ ਜੀ, ਜੰਮੂ ਕਸ਼ਮੀਰ ਪ੍ਰਸ਼ਾਸਨ ਕੇ ਹਮਾਰੇ ਅਨਯ ਵਰਿਸ਼ਠ ਸਹਿਯੋਗੀ, ਰਵਿੰਦਰ ਰੈਨਾ ਜੀ, ਜੁਗਲ ਕਿਸ਼ੋਰ ਜੀ, ਸਭੀ ਵਰਿਸ਼ਠ ਮਹਾਨੁਭਾਵ, ਜੰਮੂ ਕਸ਼ਮੀਰ ਕੇ ਸਭੀ DGPC ਪਦਾਧਿਕਾਰੀ, ਸਦਸਯ ਸੰਗਤ ਕੇ ਸਭੀ ਸਦਸਯ, ਪਿਆਰੇ ਬਹਿਨੋ ਭਾਈਓ, ਆਜ ਕਾ ਦਿਨ ਕੁਛ ਐਸਾ ਹੈ ਜੋ ਹਿਰਦੇ ਕੋ ਪੀੜਾ ਸਹਿ ਲੇਤਾ ਹੈ, ਲੇਕਿਨ ਸਾਥ ਹੀ 141